बहुत ही प्यारी नफीस बेकरी जनाब को चीजा लेनी सी मैं थोड़े नाल शेयर तो करना बनदा जनाब ते की जी नफीस बेकरी चलो चलदे अंदर दा माहौल थोड़े नाल शेयर करदे आ केड़ी केड़ी वधिया वधिया चीजा होंदियां ने इना कोल की ख्याल है चलिए अंदर खड़ी शरीफ तू माशाल्लाह चीजा लैन आया सी मैं अपने आवाम नाल शेयर करिए जनाब जिथे साडे भरा काम करदे ने नफीस बेकरी तो पूरे यूके च बड़ी मशहूर हो बिलकुल जनाब कोई शक नहीं बड़ा फायदा होता नफीस बेकरी का जनाब सानू फिर इंग्लिश दुकान ते जाने की जरूरत नहीं बिल्कुल बिल्कुल देसी माहौल वाले बिस्कुट हर चीज तुहाडे कोल मिल जाती है बिल्कुल जनाब जनाब कितना अरसा होया तुहानू इत्थे काम करदे जनाब मैनू जनाब हो गए चार पांच महीने हो गए ने ते कैसा लग्या जनाब फिर इत्थे बेहतरीन जनाब पाकिस्तान वाला माहौल है पाकिस्तान वालियां चीजां अच्छी चीजां बिल्कुल देसी यूके च रह के आवाम की देसी मोल दे रहे अपना भाई जी जेडे इथे दे ओनर ने ओ नजर नहीं आ रहे जनाब वो इस टाइम कोई नहीं होने इस टाइम कोई किधर बाहर गए अच्छा सुबह दे टाइम होंदे ने बिल्कुल सुबह टाइम इथे होने ते उना दा की नाम जनाब जनाब उना नाम है मोहम्मद शहजाद ते केड़े इलाके च पाकिस्तान अपना पाकिस्तान जनाब मीरपुर खारका ने खारका दे भाई जनाब असा कोल समोसे होने जे स्पेशल नफीस ने स्पेशल नफीस ने ते केड़े केड़े है अली फैक्ट्री छोड़ के सा कोल ही मिलन लगे सिर्फ नफीस ही शॉप तो ही मिल सकदा अच्छा ते केड़ी केड़ी वैरायटी होंदी है समोसे मीर जनाब मीर चिकन वेज अच्छा तो उस तो बाद बहुत भी समोसा चाट देसी वाला जेड़ा पाकिस्तान खाई दा हुंदा बिलकुल पाकिस्तान अच्छा समोसे दा साइज चेक करो ना जी है वेखो किन्ने वड्डे वड्डे माशाल्लाह समोसे ने जिवें पाकिस्तान रेहड़िये ते मिलदे ने ओही तुहाडे कोल केड़ा माल जाएगा जनाब एदे अंदर देसी चने हां जी ਉਹਦਾ ਜੀ ਪਾਕਿਸਤਾਨੀ ਮਾਹੌਲ ਮਿਲੇਗਾ ਜੀ ਨਫੀਸ ਬੇਕਰੀ ਦੇ ਅੰਦਰ ਹੈ ਜੀ ਬਿਲਕੁਲ ਜਨਾਬ ਇਸ ਤੋਂ ਬਾਅਦ ਪਿਆਰ ਜਾ ਸਰ ਹਾਏ ਹਾਏ ਕੀ ਗੱਲਾਂ ਜਨਾਬ ਤੁਹਾਡੀਆਂ ਤੇ ਯਕੀਨ ਮੰਨੋ ਨਫੀਸ ਬੇਕਰੀ ਦਾ ਫਾਇਦਾ ਬੜਾ ਸਾਨੂੰ ਜਿਹੜੀ ਸ਼ਾਇ ਲੈਣੀ ਹੋਵੇ ਨਾ ਬਿਲਕੁਲ ਬਿਲਕੁਲ ਦਸਤੀ ਪਹੁੰਚ ਜਾਂਦੇ ਆ 2 ਮਿੰਟ ਦਾ ਰਾਹ ਇੱਥੇ ਆ ਵੇਖੋ ਮਟਕਾ ਤੁਹਾਡਾ ਸਹੀ ਹੈ ਜਨਾਬ ਚੰਨੇ ਚੰਨੇ ਰੱਖੇ ਨੇ ਜਿਹੜਾ ਜਨਾਬ ਵਾਮ ਕੀ ਪੂਰੀ ਸੁਗਰ ਦੇਣੀ ਹੈ ਬਿਲਕੁਲ ਹੈ ਸਪੈਸ਼ਲ ਮਸਾਲਾ ਜਾ ਰਿਹਾ ਜਨਾਬ ਇਹ ਸਪੈਸ਼ਲ ਨਫੀਸਾ ਜਿਹਨਾਂ ਚਾਟ ਮਸਾਲਾ ਅੱਛਾ ਇਹ ਚਟਾ ਜਾ ਰਿਹਾ ਗੱਲ ਹੋਈ ਨਾ ਭਾਈ ਜ਼ਾਇਕੀਆ ਤਾਂ ਹੀ ਬਣੇਗਾ ਨਾ ਵਧੀਆ ਜੇ ਜਾਏਗਾ ਉੱਤੇ ਮਸਾਲਾ ਹੈ ਵੇਖ ਲਓ ਜ਼ਬਰਦਸਤ ਇਹ ਹੋ ਗਿਆ ਜੀ ਚਨਾ ਚਾਟ ਜ਼ਬਰਦਸਤ ਜੀ ਤਿਆਰ ਹੈ ਜੀ ਬਿਹਤਰੀਨ ਜਨਾਬ ਭਾਈ ਜਾਨ ਹੈ ਤਾਂ ਕੋ ਦੇਸੀ ਬਸਾਰ ਹੈ ਅੱਛਾ ਦੇਸੀ ਬਸਾਰ ਵੀ ਰੱਖਿਆ ਜਨਾਬ ਨਫੀਸਾ ਜਨਾਬ ਬਿਲਕੁਲ ਇਹ ਜਿਹੜਾ ਬਸਾਰ ਹੈ ਜਨਾਬ ਇੱਥੇ ਤਾਂ ਬਣਿਆ ਇਹਨਾਂ ਦਾ ਆਪਣਾ ਨਫੀਸ ਵਾਲਿਆਂ ਦਾ ਇਹ ਨਫੀਸ ਵਾਲਿਆਂ ਨੇ ਆਪਣਾ ਬਣਿਆ ਬਿਲਕੁਲ ਭੈਣ ਭਰਾਵਾਂ ਕੀ ਸਾਰਿਆਂ ਕੀ ਨੇ ਯੂਕੇ ਵਿੱਚ ਨਾ ਜੀ ਜੀ ਪਾਕਿਸਤਾਨੀ ਟੇਸਟ ਖਾਣਿਆ ਆਏ ਉਹ ਸਾਹ ਜੀ ਪਾਕਿਸਤਾਨ ਦੀ ਬਣਾਓਗੇ ਤੇ ਸਵਾਦ ਪਾਕਿਸਤਾਨ ਵਾਲਾ ਆਏਗਾ ਬਾਕੀ ਇਹ ਸਵੀਟਾ ਸ਼ੀਟਾ ਹੈ ਕਸ਼ਮੀਰੀ ਕਾਵਾ ਪਾਕਿਸਤਾਨ ਦਾ ਜੀ ਅੱਛਾ ਕਸ਼ਮੀਰੀ ਕਾਵਾ ਵੀ ਰੱਖਿਆ ਜੀ ਜਨਾਬ ਗੱਲ ਹੈ ਨਾ ਜਨਾਬ ਜੀ ਕਾਵਾ ਹੋ ਗਿਆ ਤੇ ਸਵੀਟਾ ਵੀ ਨਾਲ ਆਪਣੇ ਜਰਾ ਪੂਰਾ ਰੱਖਿਆ ਜਨਾਬ ਸਵੀਟਾ ਇਹ ਸੁਣੀਆਂ ਸੁਣੀਆਂ ਜੀ ਜੀ ਉਸ ਤੋਂ ਬਾਅਦ ਪਤੀਸਾ ਇਹ ਵੀ ਪਤੀਸਾ ਬੜਾ ਜ਼ਬਰਦਸਤ ਹੈ ਜਨਾਬ ਬਿਹਤਰੀਨ ਜੀ ਜੀ ਨਿਮਕ ਪਾੜੇ ਜਨਾਬ ਅੱਛਾ ਉਸ ਤੋਂ ਬਾਅਦ ਕੇਕ ਛੇਕ ਕ੍ਰੀਮ ਰੋਲ ਕ੍ਰੀਮ ਰੋਲ ਤੇ ਇਹ ਸਾਰੇ ਉਹ ਜਿਹੜੀ ਬ੍ਰੈਡ ਪਈ ਹੈ ਜਨਾਬ ਉਹਨੂੰ ਕੀ ਕਹਿੰਦੇ ਨੇ ਇਹ ਸ਼ੀਰ ਮੈਲ ਪਾਕਿਸਤਾਨ ਹਾਂਜੀ ਪਾਕਿਸਤਾਨ ਦੇ ਬੜੇ ਲੋਕ ਸ਼ੌਕ ਨਾਲ ਖਾਂਦੇ ਨੇ ਇਹ ਬਹੁਤ ਜ਼ਿਆਦਾ ਜਨਾਬ ਬਹੁਤ ਜ਼ਿਆਦਾ ਚੱਲਦੀ ਉਹ ਆਦੇ ਸਵੇਰ ਦਾ ਨਾਸ਼ਤਾ ਇਸ ਤੋਂ ਬਗੈਰ ਹੁੰਦੇ ਨਹੀਂ ਬਿਲਕੁਲ ਨਹੀਂ ਹੋਣਾ ਜਨਾਬ शौकीन रोटी खान दे बिलकुल जनाब ਉਹ ਵੀ ਤੁਸੀਂ ਕੰਮ ਰੱਖਿਆ ਜਨਾਬ ਵੇਖੋ ਨਹੀਂ ਉਹ ਵੀ ਨਾਲ ਰੱਖੇ ਆ ਤੇ ਇਹ ਇਹਨਾਂ ਦੀ ਸ਼ੈਲਫ ਹੈ ਜਨਾਬ ਤੇ ਤੁਹਾਨੂੰ ਮਿਲਣਗੇ ਜ਼ਬਰਦਸਤ ਪੈਕ ਹੋਈ ਜ਼ਬਰਦਸਤ ਇਹ ਚੀਜ਼ਾਂ ਇੱਥੇ
ਦੇਖ ਲਓ ਜੀ ਕੋਈ ਐਸੀ ਚੀਜ਼ ਨਹੀਂ ਤੇ ਜਿਹੜੀ ਇੱਥੇ ਨਾ ਮਿਲ ਸਕੇ ਤੁਹਾਡਾ ਕਿਹੜਾ ਮਾਲ ਰੱਖਿਆ ਜਨਾਬ ਭਾਈਆਂ ਨੇ ਫ੍ਰੀਜ਼ਰ ਵਿੱਚ ਫਰੋਜ਼ਨ ਸਮੋਸੇ ਖਸੇ ਅੱਛਾ ਇਹ ਵੀ ਨਫੀਸ ਵਾਲਿਆਂ ਦੇ ਆਪਣੇ ਬਣਾਏ ਨੇ ਇਹ ਬਿਲਕੁਲ ਨਫੀਸ ਵਾਲਿਆਂ ਨੇ ਅੱਛਾ ਅੱਛਾ ਤੇ ਹੋਰ ਕਿਹੜਾ ਕਿਹੜਾ ਇੱਥੇ ਮਾਲ ਹੈ ਮੀਟ ਸਮੋਸਾ ਚਿਕਨ ਸਮੋਸਾ ਜੀ ਜੀ ਵੈਜੀਟੇਬਲ ਸਮੋਸਾ ਚਿਕਨ ਤੰਦੂਰੀ ਜੀ ਜੀ ਕਬਾਬ ਰੋਲ ਇਹ ਮਾਸ਼ਾਅੱਲਾ ਚਪਲੀ ਕਬਾਬ ਵੀ ਚਪਲੀ ਕਬਾਬ ਵੀ ਹੈ ਜਨਾਬ ਵਖਾਉਣ ਜੀ ਡੱਬਾ ਚਪਲੀ ਕਬਾਬ ਵਾਲਾ ਜਨਾਬ जनाब मजा तो ताही आएगा ना जनाब बिलकुल जबरदस्त भाई और आए ने कोई बिस्कुट लैन अस्सलाम वालेकुम अस्सलाम ਕੀ ਹਾਲ ਹੈ ਭਾਈ ਜਾਨ ਅਲਹਮਦੁਲਿਲਾਹ ਸੋ ਸੁਣਾਓ ਠੀਕ ਹੋ ਠੀਕ ਠਾਕ ਜਨਾਬ ਦਾ ਆਪਣਾ ਕੀ ਨਾਮ ਜਨਾਬ ਜੀ ਮਾਨ ਆਇ ਤਈਓ ਤੇ ਪਾਕਿਸਤਾਨ ਇਹ ਗੁਜਰ ਖਾਨ ਗੁਜਰ ਖਾਨ ਤੇ ਮਾਸ਼ਾਅੱਲਾ ਕੇਕ ਸ਼ੇਕ ਤੇ ਤੁਹਾਡੇ ਮਾਸ਼ਾਅੱਲਾ ਬੜੇ ਵਧੀਆ ਜੇ ਹੁੰਦੇ ਨੇ ਜਨਾਬ ਤੇ ਕਿਹੜੇ ਕਿਹੜੀ ਵੈਰਾਈਟੀ ਹੁੰਦੀ ਹੈ ਤੁਹਾਡੇ ਕੋਲ ਜੀ ਅਸਾਂ ਰੱਖੇ ਫਰੂਟ ਕੇਕ ਰੱਖੇ ਹੋਇਆ ਤੇ ਕੋਈ ਪੀਗਾ ਵਾ ਜੀ ਜੀ 12 ਇੰਚ ਕੇਕ ਥੇਸ ਲੇਕਿਨ ਅਲਹਮਦੁਲਿਲਾਹ ਵਿਕੀ ਗਏ ਜੀ ਜੀ ਤੇ ਥੱਲਾ ਤੋਂ ਕੋਈ 9 ਇੰਚ ਕੇਕ ਵੀ ਥੇ ਜੀ ਜੀ रोज सुबह फुल होता फ्रिज तो खाली हो जाता है बिल्कुल अगर कोई राइटिंग लिखवाना भी चाहो भी तुसी लिख के दे क्योंकि लिखाई करना बड़ा औखा जा काम है जी काफी है लेकिन प्रैक्टिस ऑन प्रैक्टिस मेक्स परफेक्ट सो जितना ज्यादा लिखो उतना ज्यादा बेहतर होगा अल्हम्दुलिल्लाह ते मिठाई दे डब्बे भी तुम्हारे को आंदे कुछ स्पेशल गिफ्ट वास्ते भी आंदे ने अगर कोई जी गिफ्ट बैगिंग करने आ तको जी दिखाओ ने जी डब्बे शुरू किते हैं जी अच्छा ये डब्बा ये उमरा मुबारक अच्छा उमरा मुबारक ये बैग तक दसो है धन्यवाद बैग भी दसो जी जी बैग भी है जनाब अच्छा ये भी उम्र वास्ते जनाब जी 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 ते कितने के किलो तक होता या कितने के इसने किलो तक किलो होना लेकिन अगर ज्यादा बहुत ज्यादा पहुंच सकने हो जी जी बैग नाल फ्री इशना इसने अच्छा बैग नाल फ्री है जी जी 2 केजी ना भी ध्यान है अच्छा ये असल 2 केजी है अच्छा ये 2 केजी दा है जी इसे 2 किलो पे जाना ज्यादा भी पे जाना जबरदस्त किलो ना भी रखे हुए जो रंग को चाहिए ना ब्लू पिंक व्हाइट हर रंग असन करने हर रंग ते वो अच्छा शादियां ने डब्बे अच्छा शादियां ने डब्बे भी आने तो बिल्कुल स्पेशल का रिक्वेस्ट होंदी ना भाई वेडिंग वास्ते ये तो कोई लाए फोटो तक ही किलो जी जी अगर उसको गिलवाने हो एक्सेल लवाना है सर्वाइव भी सकते हो अच्छा अच्छा जबरदस्त है देखो ना जी हर एक चीज जनाब इन्होंने बड़ा जबरदस्त सिस्टम रखा है ते थानू इथे कोई ऐसी चीज नहीं जेड़ी ना मिलदी होवे नई चीज कीती है बबल टी अच्छा है बबल टी है जी बबल टी शुरू कीती है जी इसने काफी वैरायटी शुरू कीती है जी केड़ी-केड़ी वैरायटी तुम्हारे को जी तक किनो इलायची है मैंगो है स्ट्रॉबेरी है ग्रीन एप्पल पाइनएप्पल पीच ब्लूबेरी हर चीज जिस बने पसंद है अल्हम्दुलिल्लाह सा करने ते हर टाइम अवेलेबल होएगी तुम्हारे जी हर टाइम अवेलेबल होनी है जबरदस्त तुम्हारी ये शॉप कितने दिन खुली रहती है जनाब जी 7 दिन खुली है सुबह 10 को किनी शाम 7 तक 7 तक जी जी अल्हम्दुलिल्लाह जी टाइम बदली होने फिर इंशाल्लाह क्लॉक चेंज होने फिर 8 बजे तक खुले रहे 8 बजे तक खुले रहे जी जी चीज अच्छी मिलती होने अपनी देसी चीजा
कुछ शहर च घट ही मिलती ने जी 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 जी। नफीस बेकरी का कहने बहुत ही शुक्रिया क्योंकि पूरे यूके अंदर फैल रहे आस्ता आस्ता अलहमदुलिल्लाह जी देसी चीजा खान यूके अंदर भी सू मिल गए काफी बड़ी दुकान खोली काफी चीजा करने केक शेक आर्डर करने की बड़ा वेडिंग केक करने दो त्रे पहले बाई शुरू जिस चाइना उस बनाई भी देने बिल्कुल है स्पेशल ऑर्डर करोगे तो जबरदस्त केक नफीस बेकरी का तुम्हें मिलेगा नवा निका ने अलहमदुलिल्लाह बनाया पाउंड बॉक्स है उन्होंने अच्छा पांच पाउंड का बॉक्स जी एक कस्टमर रिक्वेस्ट की थी इस रहा लेकिन तुम जिस तरह चाइना उसने मुताबिक से मिठाई भी बाई सकते जी कितना जबरदस्त लग रहा डब्बा जनाब मिठाई का वधिया जिहा मठियाई डिस्प्ले हुई है बिल्कुल उन्हीं मिलेगी तुहानू इत्थे जनाब जिवें पाकिस्तान दे अंदर तुहानू मिलदी है ना जबरदस्त जी नफीस बेकरी पाकिस्तान की मठियाई खाओगे यूके की सेम ही टेस्ट होगा तो सामने बिस्कुट पे ने बिल्कुल देसी जनाब तो मजा आता है बिस्कुट खा के वधिया जे कि चीज है जनाब जनाब पंजीरी है पंजीरी भी करते हो बिल्कुल जनाब देखो ना जी पंजीरी जनाब जरात पंजीरी ने शौकीन है पंजीरी भी रखी है गल हुई ना जी पंजीरी तो हर बंदा शौकीन है जनाब पंजीरी हो वधिया जी बनी हुई केदा दिल नहीं करेगा खावे ना बिल्कुल जनाब असल ना ही मकसद है कोई बंदा इतो खाली ना जाए गोल गप्पे भी स्ट्रीट फूड भी इत बिलकुल जनाब ਉਹ ਜੀ ਮਜ਼ਾ ਆਏਗਾ ਜਿਵੇਂ ਪਾਕਿਸਤਾਨ ਆਂਦਾ ਬਿਲਕੁਲ ਜਨਾਬ ਉਸ ਨਾਲ ਬਿਹਤਰ ਮਜ਼ਾ ਆਸੀ ਅੱਛਾ ਗੱਲ ਹੋਈ ਨਾ ਸਵਾਦ ਹੀ ਤਾਂ ਆਂਦਾ ਜਨਾਬ ਤੇ ਉਹ ਬੜੇ ਵੱਡੇ ਡੱਬੇ ਪਏ ਨੇ ਇਹ ਜਨਾਬ ਬੱਕਰਖਾਨੀਆਂ ਅੱਛਾ ਜੀ ਜਨਾਬ ਅੱਛਾ ਇਹ ਬੱਕਰਖਾਨੀ ਹੈ ਬੱਕਰਖਾਨੀ ਬਿਲਕੁਲ ਜਨਾਬ ਇਹ ਸਾਲਟੀ ਹੈ ਅੱਛਾ ਇਹ ਸਾਲਟੀ ਬੰਨੀ ਸ਼ੂਗਰ ਹੈ ਨਾ ਉਨੀਆਂ ਦੇ ਨੇ ਸਾਲਟੀ ਬਿਲਕੁਲ ਜਿਨ੍ਹਾਂ ਨੂੰ ਸ਼ੂਗਰ ਨਹੀਂ ਉਹ ਫਿਰ ਇਹ ਦਬਾ ਕੇ ਖਾਣ ਦਬਾ ਕੇ ਖਾਣ ਗੱਲ ਹੋਈ ਨਾ ਜਨਾਬ ਇਹ ਦੇਖੋ ਜੀ ਇਹ ਰੱਖੇ ਸ਼ਾਹੀ ਜਾਮਨ ਜੀ ਜੀ ਇਹ ਕਾਲਾ ਜਾਮਨ ਨੇ जी जी। खोया जामन ए राउंड जामन ने खोपा लगा उन्होंने अच्छा ए प्लेन जामन ए कटलस जामन जी जी। नाली ए थला देखो पिंक चमचम वाइट चमचम ते अंगूर दाना ए सारी असन शीरे नी वैरायटी है अच्छा ए सारे हम तो रखे हुए काफी वैरायटी असन ने रखी हुई है ते माशाल्लाह तुम्हारी वैरायटी काफी मशहूर है दा मतलब जी जी तकरीबन इत सबसे ज्यादा बिकना है शाही जामन जरा अच्छा ए काफी पब्लिक ने फ्रेश क्रीम विच पी होनी अच्छा ए निके जी काफी पसंद करने ये पता ना हो जाता है ये नहीं ओरिजिनल जरे प्लेन जामुन हुई कि कोपे वाले यूके तक खोया जामुन अपना ये भी काफी अलहमदुलिल्लाह काफी पॉपुलर है ये तो देसी चीजा ने जनाब ये तो असी बचपन तू ए जड़ी मिठाई बड़ी वधिया खादी है बचपन जी जी अगर सो ए तो इस तरफ लगे जाओ ए देखो जी हलवा शुरू किते थोड़ा अरसा होया देखो जी जी ए देखो बादाम हलवा पिस्ता हलवा ते अबशी हलवा ए ऊपर अच्छा ऐसे नाल ही देखो जी खोया जी जी ते काला कन बर्फी ए देखो पतीसा जी वाइट भी है ते ब्राउन भी है ब्राउन भी पतीसा है गाजर बर्फी है प्लेन बर्फी है बादाम बर्फी है कलाकंद बर्फी है चॉकलेट चेरी चेरिया बर्फिया जी जनाब ए नीचे तको कोकोनट बर्फी पिस्ता बर्फी गजरेला हो गया ए भी करने अच्छा लड्डू हो गए डिफरेंट टाइप्स ऑफ लड्डू भी रखे हुए अच्छा अच्छा ते अगर लूज गजला चाहिए ना क्योंकि मेहमान कार उठी ने टुर्किश आइटम भी आप ही बनाते जबरदस्त हर सुबह रोज वैरायटी माशाल्लाह बड़ी वधिया जनाब ਉਸਾ ਜਿਵੇਂ ਸ਼ਕਲ ਚੰਗੀ ਲੱਗਦੀ ਹੈ ਤੇ ਤਾਂ ਟੇਸਟ ਵੀ ਉਂਝ ਹੀ ਵਧੀਆ ਹੈ ਜੀ ਟੇਸਟ ਹੀ ਵਧੀਆ ਹੈ ਜੀ ਅਲਹਮਦੁਲਿਲਾ ਅਸਾਂ ਤਕਰੀਬਨ ਕਾਫੀ ਲੋਕੀ ਪਸੰਦ ਕਰ ਰਹੇ ਤੇ ਅਲਹਮਦੁਲਿਲਾ ਪਸੰਦ ਦੀ ਚੀਜ਼ ਹੀ ਬਸ ਰੱਖਣਾ ਹੈ ਤਾਂ ਅਲਹਮਦੁਲਿਲਾ ਬਿਲਕੁਲ ਹੋਣੀ ਹੀ ਚਾਹੀਦਾ ਜਨਾਬ ਜਾ ਬੈਠੇ ਜਿਵੇਂ ਚਾਰ ਸਮੋਸੇ ਜੀ ਸਮੋਸਾ ਨਾਲ ਕਰ ਲਈਏ ਹੋਰ ਕੀ ਵੈਸੇ बिस्कुट हो गए ने त्यार जनाब वधिया जे ते बहुत शुक्रिया जनाब चाय नाल खाओ सुबह जे बिल्कुल किने किलो वाला जनाब है ए जनाब 1 किलो ना भी 2 डब्बे अच्छा 1 किलो दा रंग बिरंगे देख लो जी बिस्कुट है ने जी बिल्कुल जनाब जबरदस्त ए तोडे अपने ते मुनसर करा तुसी रंग बिरंगे लियो या एक रंग दे लियो क्यों जी ए बन्ने ने अपने ते वे अपने दी चॉइस होंदी है ना बिल्कुल जनाब जिस तरह आखन उस तरह मिलता बिल्कुल है
ਭਾਈ ਆਏ ਨੇ ਇੱਥੇ ਕੋਈ ਚੀਜ਼ਾਂ ਲੈਣ ਉਹਨਾਂ ਨਾਲ ਵੀ ਤੁਹਾਡੇ ਨੂੰ ਗੱਪਸ਼ਪ ਕਰਾਉਂਦੇ ਆ। ਅਸਲਾਮ ਅਲੈਕੁਮ ਜੀ। ਵੈਲਕਮ ਸਲਾਮ ਭਾਈ ਜੀ, ਕੀ ਹਾਲ ਹੈ ਜੀ? ਠੀਕ ਠਾਕ ਖਰੀਏ। ਵਧੀਆ ਜੀ ਭਾਈ ਜੀ, ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਖੁਰਸ਼ੀਦ ਨਾਮ ਹੈ। ਖੁਰਸ਼ੀਦ ਤੇ ਪਾਕਿਸਤਾਨ ਆਪਣਾ ਕਿਹੜੇ ਇਲਾਕੇ? ਪਾਕਿਸਤਾਨ ਮੀਰਪੁਰ ਆਜ਼ਾਦ ਕਸ਼ਮੀਰ। ਮੀਰਪੁਰ ਆਜ਼ਾਦ ਕਸ਼ਮੀਰ, ਮੀਰਪੁਰ ਦੀ ਆਵਾਮ ਯੂਕੇ ਦੇ ਅੰਦਰ ਬੜੀ ਹੈ ਜਨਾਬ। ਜ਼ਾਹਿਰ ਹੈ ਯੂਕੇ ਦੇ ਅੰਦਰ ਛਾ ਗਈ। ਅੱਜ ਭਾਈ ਜੀ ਕਿਹੜੀ ਚੀਜ਼ ਲੈਣ ਆਏ ਜਨਾਬ? ਮੈਂ ਮਠਿਆਈ ਲੈਣ ਆਇਆ। ਤੇ ਲੋਕਲ ਹੀ ਰਹਿੰਦੇ ਹੋ ਕਿਧਰੇ? ਜੀ ਲੋਕਲ। ਲੋਕਲ ਤੇ ਕੀ ਖਿਆਲ ਹੈ ਜੀ ਨਫੀਸ ਬੇਕਰੀ ਦਾ ਆਪਣੇ ਇੱਥੇ ਹੈਲੀਫੈਕਸ ਦੇ ਅੰਦਰ? ਅਸਾਂ ਇਹਨਾਂ ਨੇ ਰੈਗੂਲਰ ਕਸਟਮਰ ਆ, ਅਸਾਂ ਹਮੇਸ਼ਾ ਇਹਨਾਂ ਕੋਲ ਚੀਜ਼ਾਂ ਖੜਨੇ ਆ। ਕੇਕ ਹੋਈ ਗਿਆ, ਮਠਿਆਈ ਹੋਈ ਗਈ, ਵਧੀਆ ਚੀਜ਼ਾਂ ਹੁੰਦੀਆਂ ਇਹਨਾਂ ਕੋਲ। ਉਹਦਾ ਦੇਸੀ ਮਾਹੌਲ ਯੂਕੇ ਦੇ ਅੰਦਰ ਵੀ? ਜੀ ਜੀ ਬਿਲਕੁਲ ਇਹੀ ਗੱਲ ਹੈ। ਤੇ ਪਾਕਿਸਤਾਨ ਮੀਰਪੁਰ ਜੀ ਟੇਸਟ ਹੈ ਇਹਨਾਂ ਦੀ ਮਠਿਆਈ। ਅੱਛਾ, ਕਿਉਂਕਿ ਤੇ ਪਹਿਲੀ ਬ੍ਰਾਂਚ ਇਹਨਾਂ ਦੀ ਮੀਰਪੁਰ ਸੀ ਜੀ, ਤੇ ਫਿਰ ਮਾਸ਼ਾਅੱਲਾ ਉਹ ਯੂਕੇ ਦੇ ਅੰਦਰ ਵੀ ਲੈ ਕੇ ਆਏ ਨੇ ਜੀ। ਤੇ ਇਸ ਵਾਰੀ ਅਸਾਂ ਰੈਗੂਲਰ ਕਸਟਮਰ ਆਉਣੇ ਰਹਿਣੇ ਆ, ਕੇਕ ਖੜਨੇ ਆ, ਮਠਿਆਈ ਖੜਨੇ ਆ, ਸਮੋਸੇ ਵਗੈਰਾ ਚੀਜ਼ਾਂ ਚੰਗੀਆਂ ਨੇ ਇਹਨਾਂ ਕੋਲ। ਜ਼ਾਹਿਰੀ ਗੱਲ ਹੈ ਜੀ, ਆਪਣੀ ਕਮਿਊਨਿਟੀ ਦਾ ਖਿਆਲ ਤੇ ਰੱਖਣਾ ਚਾਹੀਦਾ ਹੈ, ਕਿਉਂਕਿ ਮਿਹਨਤ ਨਾਲ ਉਹ ਲੈ ਕੇ ਆਏ ਨੇ ਯੂਕੇ ਦੇ ਅੰਦਰ, ਫਿਰ ਸਾਡਾ ਕੰਮ ਬਣਦਾ ਜੀ ਇਹਨਾਂ ਦਾ ਖਿਆਲ ਰੱਖੀਏ। ਬਿਲਕੁਲ ਇਹੀ ਬਾਤ ਹੈ, ਤਾਵਨ ਵਾਲੀ ਚੀਜ਼ਾਂ ਚੱਲਦੀਆਂ ਨੇ ਤੇ ਨਾਲੇ ਮੁਲਕ ਨੀ ਯਾਦ ਤਾਜ਼ਾ ਹੋ ਜਾਣੀਆਂ ਤੇ ਮਠਿਆਈ ਛੇ ਖਾਓ। ਹਾਂਜੀ, ਤੇ ਨਾਲੇ ਆਪਣਾ ਬਿਲਕੁਲ ਦੇਸੀ ਜਿਹਾ ਮਾਹੌਲ ਦੇਸੀ ਜੀ ਭਾਈ ਨੇ ਅੱਛੇ ਕਸਟਮਰ ਸਰਵਿਸ ਵੀ ਖੁੱਲੀ ਦਿੰਦੇ ਨੇ। ਬਿਲਕੁਲ ਇਹੀ ਗੱਲ ਹੈ, ਜਿਸ ਮਾਰੇ ਅਸਾਂ ਕਦੇ ਉਦਨ ਅੱਗੇ ਪੱਕੇ ਰੈਗੂਲਰ ਇਹਨਾਂ ਕੋਲ ਆਉਂਦੇ। ਸਾ ਚੀਜ਼ ਚੰਗੀ ਮਿਲਦੀ ਹੋਵੇ ਤਾਂ ਕਿਧਰੇ ਹੋਰ ਜਾਣ ਦੀ ਕੀ ਲੋੜ ਹੈ? ਜੀ ਜੀ ਬਿਲਕੁਲ। ਬੰਦਾ ਦਿਲ ਕਰਦਾ ਇੱਥੇ ਹੀ ਆਈਏ। ਮੈਂ ਤੇ ਆਪ ਵੀ ਬੜਾ ਅਰਸਾ ਹੋਇਆ ਜਦੋਂ ਦੀ ਨਫੀਸ ਬੇਕਰੀ ਖੁੱਲੀ, ਕਿਧਰੇ ਹੋਰ ਗਿਆ ਹੀ ਨਹੀਂ। ਖੁੱਲੇ ਬਿਸਕਟ ਖਾਣ ਚੀਜ਼ਾਂ ਸਾਰੀਆਂ ਚੰਗੀਆਂ ਹੋਣੀਆਂ, ਹਰ ਇੱਕ ਚੀਜ਼, ਸਮੋਸੇ, ਚਿਕਨ ਸਮੋਸੇ, ਸਪਰਿੰਗ ਰੋਲ, ਮਠਿਆਈ ਵਗੈਰਾ, ਕੇਕ ਵਗੈਰਾ, ਸਾਰੀਆਂ ਚੀਜ਼ਾਂ ਵਧੀਆ ਹੋਣੀਆਂ ਨੇ। ਤੇ ਬਿਲਕੁਲ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਟਾਈਮ ਦਿੱਤਾ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮੁਲਾਕਾਤ ਕਰਕੇ। ਓਕੇ ਜੀ, ਅੱਲਾ ਹਾਫਿਜ਼। ਬਹੁਤ ਸ਼ੁਕਰੀਆ ਜਨਾਬ ਤੁਹਾਡੇ ਸਾਰਿਆਂ ਦਾ ਜਨਾਬ। ਮੈਨੂੰ ਜ਼ਿੰਦਗੀ ਲਈ ਤੇ ਫਿਰ ਮੁਲਾਕਾਤ ਹੁੰਦੀ ਰਹੇਗੀ ਕਿਸੇ ਹੋਰ ਦਿਨ, ਕਿਸੇ ਹੋਰ ਵੀਡੀਓ ਚ, ਕਿਸੇ ਹੋਰ ਜਗ੍ਹਾ। ਅੱਲਾ ਹਾਫਿਜ਼।